ਪ੍ਰਭੂ ਯਿਸੂ ਮਸੀਹ ਕਹਿਣ ਲੱਗੇ ਭਾਈ ਤੂਫਾਨ ਪ੍ਰਭੂ ਜੀ ਛਡਾਉਣ ਵਾਲੇ ਤਾਂ ਉਹੀ ਸੀ। ਨਾਵ ਦੇ ਵਿੱਚ ਬੜਾ ਵੱਡਾ ਤੂਫਾਨ ਆ ਗਿਆ, ਤੂਫਾਨ ਜਦੋਂ ਆਇਆ ਤਾਂ ਚੇਲੇ ਘਬਰਾਏ, ਤਾਂ ਸਮੁੰਦਰ ਦੇ ਵਿੱਚੋਂ ਛੱਲਾਂ ਵੱਜਣੀਆਂ ਸ਼ੁਰੂ ਹੋ ਗਈਆਂ, ਅੰਧਕਾਰ ਬੜਾ ਤੂਫਾਨ ਆਇਆ, ਤੂਫਾਨ ਦੇ ਵੱਲ ਵੇਖਣਾ ਸ਼ੁਰੂ ਕਰ ਦਿੱਤਾ, ਪ੍ਰਭੂ ਯਿਸੂ ਮਸੀਹ ਦੇ ਵੱਲ ਵੇਖਣਾ ਸ਼ੁਰੂ ਨਹੀਂ ਕੀਤਾ। ਤਾਂ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਵੇਖ, ਇਹ ਤਾਂ ਤੂਫਾਨ ਦੇ ਵੱਲ ਵੇਖ ਰਹੇ ਨੇ, ਮੇਰੇ ਵੱਲ ਨਹੀਂ ਵੇਖ ਰਹੇ ਜਿਹੜਾ ਮੈਂ ਪੁੱਛਾਂ ਵੀ ਮੈਂ ਉਹਨਾਂ ਦਾ ਜੀਵਨ ਹਾਂ, ਮੈਂ ਜੀਵਨ ਦੀ ਜੋਤੀ ਹਾਂ, ਮੈਂ ਇਹਨਾਂ ਨੂੰ ਬਚਾਉਣ ਵਾਲਾ ਹਾਂ, ਇਹ ਮੇਰੇ ਵੱਲ ਨਹੀਂ ਦੇਖ ਰਹੇ, ਤੂਫਾਨ ਵੱਲ ਦਿਖਾਣ ਵੱਲ ਨਹੀਂ ਦੇਖ ਰਹੇ। ਤਾਂ ਪ੍ਰਭੂ ਯਿਸੂ ਮਸੀਹ ਚੇਲਿਆਂ ਨੂੰ ਪੁੱਛਣ ਲੱਗੇ, ਜਦੋਂ ਅਸੀਂ ਲੰਗੜਿਆਂ ਨੂੰ ਚੰਗਾ ਕੀਤਾ ਸੀ ਉਸ ਸਮੇਂ ਦੇ ਵਿੱਚ ਤੁਸੀਂ ਮੇਰੇ ਨਾਲ ਸੀ? ਚੇਲਿਆਂ ਨੂੰ ਜਵਾਬ ਮੰਗ ਰਹੇ ਕਿ ਹਾਂ ਨਾਲ ਸੀ ਪ੍ਰਭੂ। ਜਦੋਂ ਤੁਸੀਂ ਅੰਨਿਆਂ ਨੂੰ ਚੰਗਾ ਕੀਤਾ ਸੀ ਉਹ ਨਾਲ ਸੀ? ਕਹਿੰਦੇ ਪ੍ਰਭੂ ਜੀ ਨਾਲ ਸੀ। ਜਦੋਂ ਮੁਰਦਿਆਂ ਨੂੰ ਚੰਗਾ ਕੀਤਾ ਸੀ ਪ੍ਰਭੂ ਜੀ ਕਹਿੰਦੇ ਉਹ ਨਾਲ ਸੀ? ਕਹਿੰਦੇ ਨਾਲ ਸੀ। ਤਾਂ ਫਿਰ ਉਹਦੇ ਉੱਤੇ ਨੀਤੀ ਵੇਖ ਲਿਓ, ਕਾਲ ਬੰਨੀ ਵੇਖਣ ਵਾਲੇ ਕਹਿੰਦੇ ਵੇਖੋ ਉਸ ਕਾਲ ਕੰਨੀ ਕੀ ਵੇਖਦੇ ਹੋ, ਫਿਰ ਉਸ ਮੌਤ ਕੰਨੀ ਕੀ ਵੇਖਦੇ ਹੋ, ਉਹ ਫਿਰ ਵੇਖਣ ਵਾਲੇ ਨੂੰ ਵੇਖੋ। ਪ੍ਰਭੂ ਯਿਸੂ ਮਸੀਹ ਨੇ ਤੂਫਾਨ ਨੂੰ ਨਲਕਾਰਿਆ, ਉੱਥੇ ਸ਼ਾਂਤ ਹੋ ਗਿਆ, ਤੂਫਾਨ ਵੀ ਰੁਕ ਗਿਆ ਅਤੇ ਛੱਲਾਂ ਵੀ ਬੰਦ ਹੋ ਗਈਆਂ। ਤਾਂ ਫਿਰ ਉਹ ਚੇਲੇ ਗਿੜਗਿੜਾਉਣ ਲੱਗੇ, ਕਹਿਣ ਲੱਗੇ ਇਹ ਤਾਂ ਕੀ ਚੀਜ਼ ਹੈ, ਪਤਾ ਨਹੀਂ ਕੀ ਚੀਜ਼ ਹੈ, ਇਹ ਤਾਂ ਤੂਫਾਨ ਵੀ ਡਰਦਾ, ਇਹ ਤਾਂ ਸਮੁੰਦਰ ਵੀ ਡਰਦਾ, ਇਹਦਾ ਕਿਹਾ ਮੰਨਦਾ? ਤਾਂ ਪ੍ਰਭੂ ਯਿਸੂ ਮਸੀਹ ਕਹਿੰਦੇ ਮੇਰੇ ਹੁੰਦਿਆਂ ਦੇ ਸਿਆਣੇ ਨਹੀਂ ਹੋ ਸਕਦੇ, ਮੇਰਾ ਭੇਤ ਨਹੀਂ ਪਾ ਸਕਦੇ ਵੀ ਮੈਂ ਕੌਣ ਹਾਂ, ਧਰਤੀ ਦੇ ਮੈਂ ਇਹਨਾਂ ਦੇ ਕੋਲੇ ਹਾਂ, ਮੇਰਾ ਭੇਤ ਵਿੱਚ ਵੀ ਨਹੀਂ ਪਾ ਸਕਦੇ। ਉਹ ਅੰਤਕਾਰ ਮੈਂ ਵੇਖ ਰਹੇ ਹਨ, ਉਸ ਮੌਤ ਵੱਲ ਦੇਖ ਰਹੇ ਹਨ, ਜਿਹੜੀ ਮੌਤ ਉਹਨਾਂ ਦੀ ਮੌਤ ਨਜ਼ਦੀਕ ਹੀ ਨੇੜੇ ਲੱਗ ਰਹੀ, ਡਰ ਰਹੇ ਹਨ, ਬੜਾ ਘਬਰਾ ਰਹੇ ਹਨ, ਉਹਨਾਂ ਦੇ ਅੰਦਰ ਡਰ ਖੋਫ ਅੰਦਰ ਪੈਦਾ ਹੋ ਗਿਆ। ਤਾਂ ਪ੍ਰਭੂ ਯਿਸੂ ਮਸੀਹ ਕਹਿਣ ਲੱਗੇ ਮੌਤ ਵੱਲ ਨਾ ਦੇਖੋ, ਮੇਰੇ ਵੱਲ ਦੇਖੋ, ਤੁਹਾਨੂੰ ਪਤਾ ਹੀ ਨਹੀਂ ਮੈਂ ਕੀ ਕਰਨ ਵਾਲਾ, 5000 ਨੂੰ ਲੰਗਰ ਛਕਾਇਆ ਤੁਹਾਨੂੰ ਪਤਾ ਨਹੀਂ, ਮੁਰਦਿਆਂ ਨੂੰ ਚੰਗਾ ਕੀਤਾ ਤੁਹਾਨੂੰ ਪਤਾ ਨਹੀਂ। ਤਾਂ ਫਿਰ ਤੁਸੀਂ ਸਿਆਣੇ ਕਦੋਂ ਬਣੋਗੇ, ਕਦੋਂ ਤੁਸੀਂ ਮਜ਼ਬੂਤ ਹੋਵੋਗੇ, ਕਦੋਂ ਮੇਰਾ ਭੇਤ ਪਾਓਗੇ? ਤਾਂ ਬੱਚਿਓ ਇਸ ਗੱਲ ਨੂੰ ਜਾਣੋ, ਪ੍ਰਭੂ ਯਿਸੂ ਮਸੀਹ ਦੇ ਚੇਲੇ ਪ੍ਰਭੂ ਦਾ ਭੇਤ ਨਹੀਂ ਪਾ ਸਕਦੇ ਸੀ, ਅਤੇ ਪ੍ਰਭੂ ਯਿਸੂ ਮਸੀਹ ਨੇ ਖੁਦ ਨੇ ਕਿਹਾ ਕਿ ਮੇਰੇ ਚੇਲੇ ਨੇ ਮੇਰੇ ਨਾਲ ਹੁੰਦੇ ਵੀ ਭੇਤ ਨਹੀਂ ਪਾਇਆ। ਤਾਂ ਬੱਚਿਓ ਤੁਸੀਂ ਵੀ ਵੇਖੋ, ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜਾ ਬਿਮਾਰ ਚੰਗਾ ਹੁੰਦਾ ਪਰਮੇਸ਼ੁਰ ਉਹਦੀ ਅਗਵਾਈ ਕਰਦਾ, ਜਿਹੜਾ ਲੰਗੜਾ ਚੰਗਾ ਹੁੰਦਾ ਉਹਦੀ ਅਗਵਾਈ ਪਰਮੇਸ਼ੁਰ ਕਰਦਾ। ਇਸੇ ਅਗਵਾਈ ਲਈ ਪਰਮੇਸ਼ੁਰ ਕਹਿ ਰਿਹਾ ਤੂੰ ਮੇਰੀ ਅਗਵਾਈ ਕਰ, ਮੈਂ ਤੇਰੀ ਅਗਵਾਈ ਕਰ ਰਿਹਾ। ਇਹ ਪਰਮੇਸ਼ੁਰ ਦੀ ਕੰਮ, ਇਹ ਪ੍ਰਭੂ ਦੇ ਕੰਮ। ਪ੍ਰਭੂ ਨੇ ਕਿਹਾ ਤੂੰ ਮੇਰੀ ਮਿਹਨਤ ਕਰ, ਮੈਂ ਤੇਰੀ ਮਿਹਨਤ ਕਰਾਉਣਾ। ਤਾਂ ਕਿੱਡਾ ਰਾਜੇ ਦਾ ਰਾਜਾ ਹੈ, ਕਿੱਡਾ ਮਹਾਨ ਹੈ, ਉਹ ਆਪਣੇ ਪੁੱਤਰ ਦੀ ਵਡਿਆਈ ਕਰਵਾ ਰਿਹਾ ਹੈ, ਧੰਨਵਾਦ ਕਰਵਾ ਰਿਹਾ, ਬੜਾ ਧੰਨ ਹੈ, ਬੜੀ ਮਹਿਮਾ ਉਸ ਪਿਤਾ ਦੀ। ਪਿਤਾ ਜੀ ਨੇ ਕੀ ਕਿਹਾ, ਦੇਖੋ ਜਦੋਂ ਅੰਨਾ ਚੰਗਾ ਹੋਇਆ ਤਾਂ ਫਰਿਸ਼ੀਆਂ ਨੂੰ ਬੜਾ ਗੁੱਸਾ ਆਇਆ, ਕਹਿੰਦਾ ਇਹ ਛੋਟਾ ਜਿਹਾ ਇਨਸਾਨ ਲੱਗਦਾ, ਇਨਸਾਨ ਹੈ, ਆਪਣੇ ਤਰ੍ਹਾਂ ਲੱਗਦਾ, ਇਹ ਤਾਂ ਬੜਾ ਅੰਨਿਆਂ ਨੂੰ ਅੱਖੀਆਂ ਲਈ ਜਾਂਦਾ, ਅੰਨਿਆਂ ਨੂੰ ਚੰਗਾ ਕਰੀ ਜਾਂਦਾ। ਤਾਂ ਉਹਨਾਂ ਨੂੰ ਗੁੱਸਾ ਆਇਆ, ਆਪਾਂ ਕਹਿੰਦੇ ਜੇ ਮਾਤਾ ਪਿਤਾ ਕੋਲ ਚੱਲਦੇ ਹਾਂ, ਉਹਨੂੰ ਪੁੱਛਦੇ ਹਾਂ ਵੀ ਇਹ ਜਨਮ ਤੋਂ ਅੰਨਾ ਸੀ। ਤਾਂ ਉਹਦੇ ਮਾਤਾ ਪਿਤਾ ਕੋਲ ਗਏ ਵੀ ਕਹਿੰਦੇ ਉਹ ਤੁਹਾਡਾ ਬੇਟਾ ਹੈ? ਕਹਿੰਦੇ ਹਾਂ ਸਾਡਾ ਬੇਟਾ ਹੈ। ਉਹ ਕਹਿੰਦੇ ਉਹ ਜਨਮ ਤੋਂ ਅੰਨਾ ਸੀ? ਕਹਿੰਦੇ ਹਾਂ ਜਨਮ ਤੋਂ ਅੰਨਾ ਸੀ। ਫਿਰ ਕਹਿੰਦੇ ਉਹ ਫਿਰ ਚੰਗਾ ਕਿਵੇਂ ਹੋਇਆ? ਉਹ ਡਰਦੇ ਸੀ ਕਿ ਉਹ ਯਹੂਦੀ ਜ਼ਿਆਦਾ ਸੀ, ਉਹਨਾਂ ਨੇ ਆਖਿਆ ਡਰਦਿਆਂ ਕਿਹਾ ਭਾਈ ਮੈਨੂੰ ਨਹੀਂ ਪਤਾ, ਉਹ ਜਿਹੜਾ ਚੰਗਾ ਹੋਇਆ ਉਸ ਨੂੰ ਪੁੱਛਣਾ, ਤੁਹਾਡਾ ਜਵਾਬ ਉਹੀ ਦੇਊਗਾ। ਸੱਚ ਕਿਹਾ ਉਸ ਵੀ ਜਿਹੜਾ ਚੰਗਾ ਹੋਇਆ ਜਵਾਬ ਉਸ ਤੋਂ ਮੰਗੋ, ਉਹੀ ਦੇਊਗਾ। ਤਾਂ ਉਹਦੇ ਕੋਲ ਦੇਖੋ ਉਸਨੇ ਕੀ ਕਿਹਾ, ਮੇਰੇ ਪਾਤਾ ਪ੍ਰਭੂ ਯਿਸੂ ਮਸੀਹ ਉਹੀ ਪ੍ਰਭੂ ਹੈ, ਉਹਦਾ ਹੈਗਾ ਤਾਂ ਮੈਨੂੰ ਚੰਗਾ ਕੀਤਾ, ਨਹੀਂ ਹੋਰ ਕੋਈ ਚੰਗਾ ਨਹੀਂ ਕਰ ਸਕਦਾ। ਕਹਿੰਦਾ ਮੈਂ ਇੰਨੇ ਸਾਲਾਂ ਦਾ 35 ਦਾ ਲਾਨਾ ਬੈਠਾ ਰਿਹਾ, ਤਾਂ ਕਹਿੰਦਾ ਹੋਰ ਨੂੰ ਹੋਰ ਨੇ ਮੈਨੂੰ ਕਿਸੇ ਨੇ ਠੀਕ ਨਹੀਂ ਕੀਤਾ, ਇਹਨੇ ਠੀਕ ਕੀਤਾ, ਉਸੇ ਨੇ ਭੇਜਿਆ। ਕਹਿੰਦਾ ਮੈਂ ਯਕੀਨ ਕਰਦਾ ਹਾਂ ਉਸੇ ਨੇ ਭੇਜਿਆ ਹੈ, ਯਹੂਦੀਆਂ ਨੇ ਪ੍ਰਾਰਥਨਾ ਵਿੱਚੋਂ ਕੱਢ ਦਿੱਤਾ ਸੀ ਉਹਨੂੰ ਅੰਨੇ ਨੂੰ, ਯਹੂਦੀਆਂ ਨੇ ਪ੍ਰਾਰਥਨਾ ਵਿੱਚੋਂ ਕੱਢ ਦਿੱਤਾ ਗਿਆ ਸੀ, ਭਾਈ ਤੂੰ ਉਹਦਾ ਉਹਦੀ ਮਹਿਮਾ ਕਰਦਾ ਹੈ, ਯਹੋਵਾ ਦੀ ਮਹਿਮਾ ਕਰ, ਅਸ ਤਾਂ ਉਹ ਮੂਸਾ ਜੀ ਦੀ ਸੰਤਾਨ 'ਚੋਂ ਹਾਂ, ਅਸੀਂ ਤਾਂ ਉਹਦੀ ਮਹਿਮਾ ਕਰਦੇ ਨਾਲ ਉਹਦੀ ਮਹਿਮਾ ਕਰ ਰਹੇ ਸੀ। ਪ੍ਰਭੂ ਯਿਸੂ ਮਸੀਹ ਨੂੰ ਨਹੀਂ ਪਰਖਿਆ ਗਿਆ, ਪ੍ਰਭੂ ਯਿਸੂ ਮਸੀਹ ਨੂੰ ਨਹੀਂ ਪਰਖਿਆ ਉਹਨਾਂ ਨੇ। ਅੱਜ ਵੇਖੋ ਪ੍ਰਭੂ ਯਿਸੂ ਮਸੀਹ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ, ਯਹੂਦੀਆਂ ਨੂੰ ਵੀ, ਸਭ ਨੂੰ ਵੀ, ਤਾਂ ਪ੍ਰਭੂ ਸੀ।
ਅੱਜ ਸਾਡੇ ਯਹੂਦੀ ਸਾਰੇ ਯਾਦ ਕਰਦੇ ਆ, ਸਾਰੇ ਮੰਨਦੇ ਹੋ। ਤਾਂ ਇਸ ਗੱਲ ਨੂੰ ਸੋਚ ਕੇ ਵੇਖੋ ਜੋ ਯਹੂਦੀ ਅੱਜ ਵੀ ਪ੍ਰਭੂ ਯਸੂ ਮਸੀਹ ਬੜੀ ਧੁੰਮਾਂ ਨਾਲ ਬੜੀ ਖੁਸ਼ੀਆਂ ਨਾਲ ਮੰਨ ਰਹੇ ਹਨ। ਤਾਂ ਬੱਚਿਓ, ਪ੍ਰਭੂ ਯਸੂ ਮਸੀਹ ਨੇ ਕਿਹਾ ਸੀ ਪ੍ਰਭੂ ਯਸੂ ਦੇ ਆਉਣ 'ਤੇ ਭੇਤ ਨਹੀਂ ਪਾਇਆ ਗਿਆ। ਤਾਂ ਅੱਜ ਤੁਹਾਨੂੰ ਇਹ ਵੀ ਦੱਸ ਰਹੇ ਹੋ ਇਹ ਸੰਤ ਅਵਤਾਰ ਸਿੰਘ ਜੀ ਨਵੀਂ ਸੋੜੇ ਸਾਹਮਣੇ ਅੱਜ ਆਏ ਹੋਏ, ਤਾਂ ਤੁਸੀਂ ਇੰਨੇ ਵਾਰ ਤੁਹਾਨੂੰ ਇਹਨਾਂ ਦੇ ਵੀ ਬਾਰੇ ਦੱਸਿਆ, ਤੁਸੀਂ ਇਹਨਾਂ ਦੀ ਭੇਤ ਨਹੀਂ ਅਸਤੀ ਪਾਇਆ, ਇਸ ਨਵੀਂ ਦਾ ਵੀ ਤੁਸੀਂ ਅਸਤੀ ਭੇਤ ਨਹੀਂ ਪਾਇਆ। ਅਤੇ ਪ੍ਰਭੂ ਯਸੂ ਮਸੀਹ ਨੇ ਕਿਹਾ ਜੇ ਅੱਜ ਤੇ ਭੇਤ ਨਾ ਪਾਇਆ ਫਿਰ ਤੁਸੀਂ ਕਦੋਂ ਭੇਤ ਪਾ ਸਕਦੇ ਹੋ। ਤਾਂ ਬੱਚਿਓ, ਇਸ ਗੱਲਾਂ ਨੂੰ ਜਾਣੋ, ਪਛਾਣੋ, ਜੋ ਪਰਮੇਸ਼ੁਰ ਨੇ ਆਪਣੇ ਨਵੀਂ ਭੇਜੇ ਹੈ ਉਹ ਚੰਗਾ ਕਰਨ ਦੇ ਲਈ ਚੰਗਾ ਕਰ ਰਹੇ ਹਨ, ਤਾਂ ਪ੍ਰਭੂ ਦੀ ਮਹਿਮਾ ਕਰ ਰਹੇ ਨੇ, ਵਡਿਆਈ ਕਰ ਰਹੇ ਹਨ। ਤਾਂ ਕੌਣ ਹੋਣ ਪ੍ਰਭੂ ਦੀ ਮਹਿਮਾ ਕਰ ਰਹੇ ਹਨ? ਉਹਦੀ ਕਿਰਪਾ ਹੈ ਪਰਮੇਸ਼ੁਰ ਦੀ, ਉਹਦੀ ਵਡਿਆਈ ਹੈ। ਚੰਗਾ ਕੌਣ ਕਰਦਾ? ਪ੍ਰਭੂ ਕਰਦਾ ਹੈ। ਪ੍ਰਭੂ ਆਪਣੇ ਨਵੇਂ ਵੀ ਚੰਗਾ ਕਰਦਾ ਹੈ। ਨਵੀਂ ਪਰਮੇਸ਼ੁਰ ਨੇ ਭੇਜੇ ਹੋਏ ਹਨ, ਆਪਣੇ ਡਿਊਟੀਆਂ ਲਾਈਆਂ ਹੋਈਆਂ, ਤਾਂ ਆਪਣੀਆਂ ਡਿਊਟੀਆਂ 'ਤੇ ਨਵੀਂ ਆਪਣੇ ਕੰਮ ਕਰ ਰਹੇ ਹਨ, ਤਾਂ ਚੰਗਾ ਕਰ ਰਹੇ। ਬਿਮਾਰਾਂ ਨੂੰ ਚੰਗਾ ਕਰ ਰਹੇ, ਹਾਰਟ ਵਾਲਿਆਂ ਨੂੰ, ਸ਼ੂਗਰ ਵਾਲਿਆਂ ਨੂੰ, ਲੀਵਰ ਵਾਲਿਆਂ ਨੂੰ, ਗੁਰਦਿਆਂ ਵਾਲਿਆਂ ਨੂੰ, ਸਭ ਨੂੰ ਨਵੇਂ ਪਾ ਰਹੇ। ਉਹ ਪਰਮੇਸ਼ੁਰ ਦੀ ਕਿਰਪਾ ਹੈ। ਉਸ ਨਵੀਂ ਨੂੰ ਖਜ਼ਾਨਾ ਦਿੱਤਾ ਹੋਇਆ, ਜਿਵੇਂ ਕੋਈ ਮਿਸਤਰੀ ਮਕੈਨਿਕ ਉਹਨੂੰ ਫੋਨ 'ਤੇ ਜਾਂ ਕਿਵੇਂ ਮਿਲਾ ਲਵੇ, ਭਾਈ ਸਾਡੀ ਗੱਡੀ ਖਰਾਬ ਹੋ ਗਈ, ਫਲਾਨੀ ਫਲਾਨੀ ਚੀਜ਼ ਖਰਾਬ ਹੋ ਲਈ ਝੋਲੇ ਵਿੱਚ ਆਉਂਦਾ, ਅਤੇ ਨਵੀਆਂ ਕੋਲ ਉਹ ਚੀਜ਼ਾਂ ਹੈਗੀਆਂ ਪਰਮੇਸ਼ੁਰ ਦੀਆਂ ਦਿੱਤੀਆਂ ਹੋਈਆਂ, ਭਾਈ ਲੋੜ ਪਵੇ ਤਾਂ ਪਾ ਦੇ, ਲੋੜ ਪਵੇ ਤਾਂ ਕੰਮ ਕਰ ਦੇਈ, ਇਹਨੂੰ ਕੋਲੇ ਰੱਖੀ। ਤਾਂ ਨਵੀਆਂ ਦੀ ਵੀ ਪਰਮੇਸ਼ੁਰ ਨੇ ਦਿੱਤੀਆਂ ਹੋਈਆਂ ਮਕੈਨਿਕ ਨਵੀਂ, ਜੋ ਪਰਮੇਸ਼ੁਰ ਦੇ ਮਕੈਨਿਕ ਨਵੀਂ ਹਨ, ਜੋ ਪਰਮੇਸ਼ੁਰ ਦੇ ਬਿਮਾਰਾਂ ਨੂੰ ਚੰਗਾ ਕਰਦੇ ਹਨ, ਤਾਂ ਲੰਗੜਿਆਂ ਨੂੰ ਚੰਗਾ ਕਰਦੇ ਹਨ, ਤਾਂ ਉਹ ਚੀਜ਼ਾਂ ਬਦਲ ਦਿੰਦੇ ਹਨ, ਕਿਉਂਕਿ ਪਰਮੇਸ਼ੁਰ ਨੇ ਉਹਨਾਂ ਨੂੰ ਸਮਾਨ ਦਿੱਤਾ ਹੋਇਆ ਹੈ ਜੋ ਪਰਮੇਸ਼ੁਰ ਦੇ ਕੋਲੇ ਹੈ। ਪਰਮੇਸ਼ੁਰ ਕੋਲੇ ਹੀ ਹੈ ਉਹ ਸਮਾਨ, ਹੋ ਕਿਤੇ ਨਹੀਂ ਹੈ, ਉਹਨਾਂ ਨਵੀਆਂ ਦੇ ਕੋਲੇ ਹੈ ਜੋ ਪਰਮੇਸ਼ੁਰ ਉਹਨਾਂ ਨਵੀਆਂ ਨੂੰ ਦਿੰਦਾ ਹੈ, ਉਹ ਨਵੀਂ ਪਾਉਂਦੇ ਹਨ। ਡਾਕਟਰ ਕੋਲ ਤੁਸੀਂ ਜਾਓਗੇ, ਉਹਨੂੰ ਜਾਂ ਕਿਸੇ ਦੇ ਗੁਰਦੇ ਦੇ ਨੁਕਸ ਪੈ ਗਏ, ਜਾਂ ਕਿਸੇ ਦਾ ਇੱਕ ਦੂਜੇ ਦਾ ਕਰਵਾਓਗੇ, ਉਹਨੂੰ ਦਿਓਗੇ ਤਾਂ ਪਾਓਗਾ, ਉਹ ਦਿਓ ਇਸ ਲਈ ਉਹ ਦਿਓ, ਉਹ ਦਿੱਤਾ ਤਾਂ ਬਦਲਿਆ ਜਾਂਦਾ ਹੈ, ਤੁਹਾਨੂੰ ਚੰਗਾ ਕੀਤਾ ਜਾਂਦਾ। ਤਾਂ ਬੱਚਿਓ, ਪਰਮੇਸ਼ੁਰ ਦੇ ਕੰਮ ਬੜੇ ਵੱਡੇ ਹਨ। ਪਰਮੇਸ਼ੁਰ ਦੇ ਜਿਹੜੇ ਮਕੈਨਿਕ ਨਵੀਂ, ਜੋ ਅੱਜ ਬਿਮਾਰਾਂ ਨੂੰ ਚੰਗਾ ਕਰਦੇ, ਬਿਮਾਰਾਂ ਦੇ ਲੰਗੜਾ ਪਾਉਂਦੀਆਂ, ਲੱਤਾਂ ਸਿੱਧੀਆਂ ਕਰ ਦਿੰਦੇ ਹਨ, ਗੁਰਦੇ ਬਦਲ ਦਿੰਦੇ ਹਨ, ਉਹ ਪਰਮੇਸ਼ੁਰ ਦੇ ਮਕੈਨਿਕ, ਉਹ ਪ੍ਰਭੂ ਯਸੂ ਮਸੀਹ ਦੇ ਮਕੈਨਿਕ, ਅਤੇ ਪਰਮੇਸ਼ੁਰ ਯਹੋਵਾ ਦੇ ਮਕੈਨਿਕ ਹਨ। ਜਿਹੜਾ ਸਮਾਨ ਉਹਨਾਂ ਦੇ ਕੋਲ ਪਰਮੇਸ਼ੁਰ ਨੇ ਦਿੱਤਾ ਹੋਇਆ, ਉਹ ਸਮਾਨ ਪਾ ਕੇ ਉਹਨਾਂ ਨੂੰ ਚੰਗਾ ਕਰ ਦਿੰਦੇ ਹਨ, ਉਹਦੀ ਵਡਿਆਈ ਕਰਦੇ ਹਨ ਪਰਮੇਸ਼ੁਰ ਦੀ। ਤਾਂ ਬੱਚਿਓ, ਇਸ ਗੱਲ ਨੂੰ ਜਾਣ ਲਿਓ, ਜੋ ਪਰਮੇਸ਼ੁਰ ਦੇ ਨਵੀਂ ਹਨ, ਜੋ ਪਰਮੇਸ਼ੁਰ ਦੇ ਬੜੇ ਮਹਾਨ ਨਵੀਂ ਹਨ, ਤਾਂ ਉਹਨਾਂ ਕੋਲ ਸਮਾਨ ਪ੍ਰਭੂ ਯਸੂ ਮਸੀਹ ਨੇ, ਪਰਮੇਸ਼ੁਰ ਯਹੋਵਾ ਨੇ ਬੜਾ ਰੱਖਿਆ ਹੋਇਆ, ਉਹ ਖਜ਼ਾਨਾ ਰੱਖਿਆ ਹੋਇਆ ਉਹਨਾਂ ਨੂੰ ਚੰਗਾ ਕਰਨ ਵਾਸਤੇ ਅਤੇ ਉਹਨਾਂ ਨੂੰ ਦੇਣ ਵਾਸਤੇ। ਸਾਰੇ ਸਵੇਰ ਪਾਠ ਦੇ ਸਮਾਨ ਪ੍ਰਭੂ ਦੇ ਨਵੀਆਂ ਦੇ ਕੋਲੇ, ਤਾਂ ਪ੍ਰਭੂ ਯਸੂ ਮਸੀਹ ਦੇ ਮਕੈਨਿਕਾਂ ਦੇ ਕੋਲੇ ਹੈਗੇ। ਤਾਂ ਬੱਚਿਓ, ਇਸ ਗੱਲ ਨੂੰ ਸੋਚ ਕੇ ਰੱਖਿਓ, ਪਰਮੇਸ਼ੁਰ 'ਤੇ ਭਰੋਸਾ ਕਰਕੇ ਵੇਖ ਲਿਓ, ਜਿਹੜੇ ਅੱਜ ਭਰੋਸਾ ਕਰਦੇ ਆ ਉਹ ਅੱਜ ਹੀ ਚੰਗੇ ਹੋ ਜਾਣਗੇ। ਉਹ ਜਿਸ ਤਰ੍ਹਾਂ ਬਜ਼ੁਰਗ ਬੈਠੇ ਆ, ਪਹਿਲੀ ਵਾਰ ਬੱਚਿਆਂ ਨੇ ਗੱਲ ਕੀਤੀ, ਕਹਿਣ ਲੱਗੇ ਸੰਤ ਜੀ ਇਹ ਬਜ਼ੁਰਗ ਹੈ ਤਾਂ ਕੋਈ ਵੀ ਨਹੀਂ ਅੱਗੇ ਪਿੱਛੇ, ਸਾਰਿਆਂ ਨੂੰ ਜ਼ਿਆਦਾ ਵੀ ਬੋਲੀ ਜਾਂਦੇ ਆ, ਉਹਨੂੰ ਆਪਾਂ ਚੰਗਿਆਂ ਲਈ ਇਹ ਕਹਿ ਰਹੇ ਸੀ ਵੀ ਅੱਜ ਹੀ ਚੰਗਾ ਕਰਦੀ ਹੈ। ਤਾਂ ਦੇਖੋ, ਪ੍ਰਭੂ ਨੇ ਕਿਹਾ ਸੀ ਨਾ ਉਹਦੇ ਵੱਲ, ਦੇਖੋ ਚੰਗਾ ਕਰਵਾਉਣਾ ਉਹਦੇ ਅੰਦਰ ਬਚਨ ਲੈ ਕੇ ਜਾਣਾ, ਉਹਦੇ ਅੰਦਰ ਪ੍ਰੇਮ ਭਾਵਨਾ ਪਰਮੇਸ਼ੁਰ ਦੇ ਅੰਦਰ ਲੈ ਕੇ ਜਾਣਾ, ਪ੍ਰਭੂ ਨੂੰ ਯਾਦ ਕਰਨਾ, ਭਰੋਸੇ ਨਾਲ ਯਾਦ ਕਰਨਾ, ਵਿਸ਼ਵਾਸ ਕਰਨਾ, ਤਾਂ ਫਿਰ ਆਪਾਂ ਅੱਗੇ ਨਿਕਲ ਜਾਂਦੇ ਹਾਂ, ਜ਼ਿੰਦਗੀ ਮਿਲ ਜਾਂਦੀ ਹੈ, ਆਪਾਂ ਬਚਾ ਹੀ ਜਾਂਦੇ ਹਾਂ। ਜਦੋਂ ਪਰਮੇਸ਼ੁਰ ਦੇ ਆਪਾਂ ਕੋਲੋਂ ਵਚਨ ਨਹੀਂ ਸੁਣਨਾ, ਕ੍ਰੋਧ ਅਹੰਕਾਰ ਦੇ ਵਿੱਚ ਚਲੇ ਜਾਂਦੇ ਹਾਂ, ਤਾਂ ਫਿਰ ਆਪਾਂ ਉਸ ਮਕੈਨਿਕ ਦੇ ਕੋਲੋਂ ਸਮਾਨ ਨਹੀਂ ਪਵਾ ਸਕਦੇ ਅਤੇ ਉਹਦੇ ਕੋਲੋਂ ਚੰਗਾ ਨਹੀਂ ਹੋ ਸਕਦੇ। ਉਹਨੇ ਫਿਰ ਪੋਚਾ ਪਾਚੀ ਕਰ ਦੇਣੀ ਹੈ, ਕਿਹੜਾ ਮਾੜਾ, ਜਿਵੇਂ ਮਾੜਾ ਮੋਟਾ ਸਾਧਨ ਰਸੋਈ ਕਰ ਦਿੰਦੇ, ਕਿਹੜਾ ਆਖਿਰ ਚੱਲ ਕਹਿੰਦਾ ਕੰਮ ਚੱਲਦਾ ਕਰ ਦਈਏ, ਤਾਂ ਫਿਰ ਉਹ ਮਕੈਨਿਕ ਵੀ ਉਹੋ ਜਿਹਾ ਕੰਮ ਕਰ ਦਿੰਦੇ ਨੇ, ਜੇ ਇਹੋ ਜਿਹਾ ਫਿਰ ਉਹੋ ਜਿਹਾ ਹੁੰਦਾ, ਉਹੋ ਜਿਹੇ ਕਰ ਦਿੰਦੇ ਹਨ। ਤਾਂ ਚੰਗਾ ਕਰਾਉਣਾ ਹੁੰਦਾ ਤਾਂ ਉਹਦੀ ਦਲੇਰੀ ਵੇਖਿਆ ਕਰੋ, ਉਹਦਾ ਕੰਮ ਦੇਖਿਆ ਕਰੋ, ਫਿਰ ਤੁਸੀਂ ਵੀ ਉਹਦੇ ਵਰਗੇ ਬਣਿਆ ਕਰੋ ਨਾ, ਉਹਨੂੰ ਵਿਸ਼ਵਾਸ ਉਹ ਦਿਆ ਕਰੋ ਜੋ ਪ੍ਰਭੂ ਨੇ ਕਿਹਾ, ਸੱਚੇ ਵਿਸ਼ਵਾਸ ਨਾਲ ਚੱਲ ਕੇ ਆਇਆ, ਸੱਚਾ ਵਿਸ਼ਵਾਸ ਪ੍ਰਭੂ ਤੇਰੇ ਕੋਲ ਅੱਗੇ ਰੱਖਿਆ, ਸੱਚ ਬੋਲਦਾ ਝੂਠ ਨਹੀਂ ਬੋਲਦਾ ਪ੍ਰਭੂ ਜੀ, ਉਹਨੂੰ ਚੰਗਾ ਕੀਤਾ ਜਾਂਦਾ, ਉਹਨੂੰ ਨਾਲ ਦੀ ਨਾਲ ਵੀ ਚੰਗਾ ਕਰ ਦਿੱਤਾ ਜਾਂਦਾ, ਕਿਉਂਕਿ ਸੱਚ ਰੱਖਿਆ, ਜਿਵੇਂ ਪ੍ਰਭੂ ਪਰਮੇਸ਼ੁਰ ਯਹੋਵਾ ਨੇ ਕਿਹਾ, ਕਹਿੰਦਾ ਤੇਰੇ ਪਾਪ ਦਾ ਲੇਖਾ ਨਹੀਂ ਲਿਆ ਜਾਏਗਾ, ਧੰਨਿਆ ਹੈ ਉਹ ਜਿਹਦੇ ਪਾਪ ਸ਼ਮਾ ਕੀਏ ਗਏ, ਉਹ ਫਿਰ ਧੰਨ ਹੋ ਜਾਂਦਾ ਜੋ ਸੱਚਾਈ ਬੋਲ ਕੇ, ਉਹ ਸੱਚ ਨੂੰ ਰੱਖ ਕੇ ਫਿਰ ਪਾਪ ਮਾਫ ਕਰਵਾ ਲੈਂਦਾ। ਤਾਂ ਦੁਬਾਰੇ ਪਾਪ ਕਰਦਾ, ਪ੍ਰਭੂ ਯਸੂ ਮਸੀਹ ਨੇ ਉਸ ਉੱਥੇ ਕਿਹਾ ਸੀ, ਮੰਦਰ ਦੇ ਕੇ ਕਿਹਾ, ਕਹਿਣ ਲੱਗੇ ਦੁਬਾਰੇ ਪਾਪ ਮਤ ਕਰਨਾ, ਇਸ ਵੀ ਜ਼ਿਆਦਾ ਦਿੱਕਤ ਮੁਸੀਬਤ ਮੈਂ ਬੜ ਜਾਏਗਾ,
पर आगे के लिए सोच के देखना कि पाप मत करना, किसी का बुरा मत करना। ये प्रभु यीशु मसीह ओसन इन बहरे भी अगे जाके तू तो पाप ना करी, भी कहीं चंगा हो गया, अखे मैंने चंगा हो गया, मैं मेरी मर्जी करा, मैं उन्होंने ना याद करा, भावें की लोड़ है। तो प्रभु ने कहा उस तो ज़्यादा मुसीबत में पै जाएगा, दुगनी मुसीबत बन जाऊगी जे तू ये तो दूर हो। तो परमेश्वर से भरोसा करना, तो चंगई पा के भजना नहीं, भरोसा रखना तो चंगई पा के भजन के चलता। प्रभु कहना ना नदी से पार जाएगा तो तू वहाँ पर भी तू बैठा होगा, जे मैं अध लोक में जाऊँगा तो अध लोक में भी प्रभु तू ही बैठा होगा, तो धरती पर भी भागूंगा तू वहाँ भी तू ही बैठा होगा। कहाँ जाऊँगा भी मैं, कितने जाऊँगा भज के, भजया तू जा नहीं देना, बाहर लेकिन उसके लुक के छिप जाएगा, बंदे तो बंदा छिप जाता है, परमेश्वर तो नहीं छिप सकता। उत्थे जाके भी आखना मैं तो तेरे को खड़ा क्यों, कितने बचेगा? तो बंदा परमेश्वर को नहीं भज के जा सकता, बंदे तो बंदा लुक जाता है पर परमेश्वर के कोलों नहीं लुक सकता, क्यों? परमेश्वर वेखता है। परमेश्वर कहता देख शैतान, शैतान देखो तुम्हारे दांत पीसेंगे, भी शैतान दंद पीऊगा तो परमेश्वर हंसेंगे, कहेंगे तू क्या कर सकता है, दांत पीसने वाला किसी को कोई मार नहीं सकता। जो परमेश्वर को याद करे, कोई अड़ोसी पड़ोसी कहता हो ना ये बड़ा है, ये तो बड़ा चंगा खाते हैं, चंगा बड़ा मौज मारते हैं, ये तो बड़े सौखे ने, वो दंद पीते रहेंगे। तो प्रभु जी कहते दुष्ट दे दंद पीन के नाल वो मर नहीं जाता, क्योंकि वो उत्ते मेरी कृपा बनी हुई है, खुद मर जाता दंद पीन वाला, पर मार जो वो मैं याद करने वाला नहीं मरता। तो बच्चों अजक हालात यहोज बने पे, कोई भी नाल चंगी रोटी खाता है तो वो तो दंद पी जाते बैठे सारा दिन, दंद कसाई जाते, मिलता कुछ भी नहीं, दंद होर तोड़ के बह जाते। तो बच्चे परमेश्वर ने कहा शैतान के दान तोड़ दिए जाएंगे, शैतान के दान तोड़ दिए जाएंगे, धर्मी को प्रतिफल दे दिया जाएगा। धर्मी को जो धर्म चंगे काम करता है, जो सच्चे मन वाला सीधे मन वाला है, वो बहुत कुछ दिता जाऊगा। हालेलुया, आमीन, हालेलुया, आमीन, हालेलुया।